ਇਸ ਤੋਂ ਅਗਲੀ ਗੱਲ ਅਜਨਾਲਾ ਕਾਂਡ ਦੀ ਕਰਦੇ ਆਂ ਜਿਸ ਮਸਲੇ ਨੂੰ ਹੱਲ ਕਰਨ ਵਾਸਤੇ ਕਾਲ ਤੱਕ ਸਾਹਿਬ ਤੋਂ 15 ਮੈਂਬਰਾਂ ਦੀ ਕਮੇਟੀ ਬਣਾਈ ਗਈ। ਹੁਣ ਉਸ ਕਮੇਟੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਚਿੱਠੀਆਂ ਪਾ ਰਹੇ ਨੇ। ਕੀ ਮੰਗਦੇ ਨੇ ਕੀ ਕਹਿੰਦੇ ਨੇ ਜਾਂ ਫਿਰ ਆਪਣੀ ਰਾਜਨੀਤੀ ਚਮਕਾ ਰਹੇ ਨੇ। ਰਾਜਨੀਤੀਵਾਨ ਫਿਰ ਕਾਹਦਾ ਹੋਇਆ ਜੇ ਰਾਜਨੀਤੀ ਨਾ ਚਮਕਾਈ ਤੇ? ਜਿਸ ਦੇ ਨੇ ਕਾਂਡ ਹੋਇਆ ਸੀ। ਹੁਣ ਬਦਕਿਸਮਤੀ ਦੀ ਗੱਲ ਤਾਂ ਇਹ ਐ ਸਵਲ ਇਹ ਕਿ ਸਾਨੂੰ ਇਸ ਇੱਕ ਘਟਨਾ ਨੂੰ ਕਾਂਡ ਕਾਣਾ ਪੈ ਰਿਹਾ ਜੀ ਜਦ ਕਿ ਜਿਸ ਗੱਲ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਨਾਮ ਹੋਵੇ ਸਰਕਾਰ ਨਾਲ ਸਿਰ ਚੁਕਣਾ ਚਾਹੀਦਾ ਹੈ ਅਦਬ ਹੋਣਾ ਚਾਹੀਦਾ ਤੇ ਅਸੀਂ ਕਾਂਡ ਕਹਿ ਰਹੇ ਹਾਂ ਉਸ ਨੂੰ ਮਾਫੀ ਚਾਹੁੰਦੇ ਹਾਂ ਪਰ ਹੋਇਆ ਤੇ ਇਹੋ ਕੁਝ ਸਾਰੇ ਰਾਜਨੀਤੀਵਾਨ ਬੋਲਣ ਲੱਗ ਪਏ ਇਸ ਮੁੱਦੇ ਤੇ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਸਭ ਤੋਂ ਵੱਧ ਜਿਹੜਾ ਬੋਲੇ ਨੇ ਉਹ ਪੰਜਾਬ ਦੇ ਇੱਕ ਸੋ ਕਾਲਡ ਰਾਖੇ ਬਣ ਕੇ ਰਵਨੀਤ ਸਿੰਘ ਬਿੱਟੂ ਉਹ ਕੋਦੇ ਕੁਛ ਕਹਿੰਦੇ ਨੇ ਕਿਸ ਦਰਜ ਕਰੋ ਅੰਦਰ ਸਿੱਟੋ ਅਜੇ ਤੱਕ ਕਈਆਂ ਦੇ ਭੋਗ ਨਹੀਂ ਪਏ ਆਹ ਹੋਵੇਗਾ ਉਹ ਹੋਵੇਗਾ ਇਹ ਫਿਰ ਉਹ ਬਣ ਕੇ ਆ ਜਵੇ ਅਸੀਂ ਉਹ ਗੱਲਾਂ ਕਰਨੀਆਂ ਵੀ ਨਹੀਂ ਚਾਹੁੰਦੇ ਜਿਸ ਤਰ੍ਹਾਂ ਦੀਆਂ ਰਵਨੀਤ ਬਿੱਟੂ ਨੇ ਕੀਤੀਆਂ ਨੇ ਪਰ ਗੱਲ ਇਹ ਆ ਕਿ ਰਾਜਾ ਵੜਿੰਗ ਉਹਨਾਂ ਨੇ ਥੋੜਾ ਜਿਹਾ ਸਟੈਟ ਤੇ ਠੀਕ ਲਿਆ ਇਸ ਮੁੱਦੇ ਤੇ ਪਰ ਜਿਵੇਂ ਕਹਿੰਦੇ ਨੇ ਨਾ ਕਿ ਗੱਲ ਕਰਦੇ ਆ ਕਰਦੇ ਆ ਬੰਦਾ ਰੁਕ ਜਾਂਦਾ ਇਸ ਤਰ੍ਹਾਂ ਦਾ ਅਭਾਸ ਜਾਂ ਵਿਚੋਂ ਗੱਲ ਦੇ ਵਿੱਚੋਂ ਹੁੰਦਾ ਉਹ ਚਾਹੁੰਦੇ ਨੇ ਕਿ ਪੰਜਾਬ ਵਿੱਚ ਇਸ ਤਰ੍ਹਾਂ ਕਦੇ ਨਹੀਂ ਹੋਇਆ ਉਹ ਕਹਿੰਦੇ ਨੇ ਤੇ ਕਾਰਵਾਈ ਹੋਣੀ ਚਾਹੀਦੀ ਅਮਰਤਪਾਲ ਸਿੰਘ ਤੇ ਪਰ ਕਾਰਵਾਈ ਕਿਸ ਗੱਲ ਦੀ ਹੋਵੇ ਹੁਣ ਚਿੱਠੀ ਉਹਨਾਂ ਨੇ ਇੱਕ ਜਿਹੜੀ ਇੱਕ ਕਮੇਟੀ ਬਣਾਈ ਹੈ ਸ਼੍ਰੀ ਕਲਤਖ ਸਾਹਿਬ ਵੱਲੋਂ ਉਸ ਕਮੇਟੀ ਨੂੰ ਚਿੱਠੀ ਲਿਖੀ ਹੈ ਕੋਆਰਡੀਨੇਟਰ ਜਿਹੜੇ ਨੇ 15 ਮੈਂਬਰੀ ਕਮੇਟੀ ਦੇ ਕਰਨੈਲ ਸਿੰਘ ਪੀਰ ਮੁਹੰਮਦ ਉਹਨਾਂ ਨੂੰ ਸੰਬੋਧਨ ਕਰਕੇ ਕਿ ਅਜਨਾਲੇ ਵਾਲੀ ਘਟਨਾ ਨੂੰ ਮੁੱਖ ਰੱਖਦੇ ਹੋਏ ਕਲਤਖ ਸਾਹਿਬ ਨੇ ਜੋ ਇੱਕ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸਿਆਸੀ ਮੰਤਵਾਂ ਦੀ ਵਰਤੋਂ ਲਈ ਸੋਚ ਵਿਚਾਰ ਕਰਨ ਵਾਸਤੇ ਪਹਿਲ ਕਦਮੀ ਕੀਤੀ ਹੈ ਇਸ ਦਾ ਅਸੀਂ ਸਵਾਗਤ ਕਰਦੇ ਹਾਂ ਅੱਗੇ ਜਾ ਕੇ ਉਹ ਲਿਖਦੇ ਨੇ ਕਿ ਕਿਸੇ ਕਿਸਮ ਦੀ ਤਾਕਤ ਦਾ ਪ੍ਰਯੋਗ ਨਹੀਂ ਕਰ ਸਕੇ ਕਿਉਂਕਿ ਸਾਰਾ ਅਮਰਤਪਾਲ ਸਿੰਘ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਆਏ ਸਨ ਰਾਜਾ ਵੜਿੰਗ ਨੇ ਇਹ ਕੋਟੇਸ਼ਨ ਜਿਹੜੀ ਹੈ ਇਹ ਪੁਲਿਸ ਅਫਸਰ ਦੇ ਅਜਨਾਲਾ ਦੇ ਇੱਕ ਐਸਪੀ ਰੈਂਕ ਦੇ ਅਫਸਰ ਦੇ ਬਿਆਨਾਂ ਨੂੰ ਜਿਹੜਾ ਅੱਗੇ ਵਧਾ ਕੇ ਕੀਤੀ ਹੈ ਮੈਂ ਸਭੀ ਦਾ ਕਿ ਘੱਟੋ ਘੱਟ ਪਾਰਟੀ ਦਾ ਐਕਸਟੈਂਡ ਤੇ ਹੋਵੇ ਇੰਡੀਵਿਜੂਅਲੀ ਮੂੰਹ ਖੋਲਣ ਦੇ ਨਾਲ ਤੇ ਕੰਮ ਖਰਾਬ ਹੋਵੇਗਾ ਹੁਣ ਜਿਹੜੀ ਚਿੱਠੀ ਉਹਨਾਂ ਨੇ ਲੈਟਰ ਹੈਡ ਤੇ ਲਿਖੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤੇ ਚਲੋ ਗੱਲ ਹੋਈ ਪਰ ਕੀ ਰਵਨੀਤ ਸਿੰਘ ਬਿੱਟੂ ਨੂੰ ਵੀ ਪੁੱਛਣਗੇ ਕਿ ਜਿਸ ਤਰ੍ਹਾਂ ਦੇ ਢਕੀਲੇ ਬਿਆਨ ਉਹ ਦੇ ਰਹੇ ਨੇ ਉਹਨਾਂ ਦਾ ਨਤੀਜਾ ਕੀ ਹੋ ਸਕਦਾ ਪੰਜਾਬ 'ਚ ਰਵਨੀਤ ਬਿੱਟੂ ਨੂੰ ਇਹ ਤਾਂ ਯਾਦ ਹੈ ਕਿ ਪੰਜਾਬ ਕਾਲੇ ਦੌਰ ਦੇ ਵਿੱਚੋਂ ਲੰਘਿਆ ਲੰਘਿਆ ਪਰ ਦੂਸਰੇ ਪਾਸੇ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਉਹ ਇਸ ਤਰ੍ਹਾਂ ਦੇ ਢਕੀਲੇ ਬਿਆਨ ਦੇ ਕੇ ਇਸ ਗੱਲ ਨੂੰ ਖਾਮਖਾ ਹਵਾ ਦੇ ਰਹੇ ਨੇ ਮੈਂ ਇਸ ਕਰਕੇ ਕਹਿੰਦਾ ਜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਗੱਲ ਨੂੰ ਮੰਨ ਲਿਆ ਕਿ ਪੁਲਿਸ ਉੱਥੇ ਕੁਝ ਨਹੀਂ ਸੀ ਕਰ ਸਕਦੀ ਜੋ ਮੌਕੇ ਤੇ ਉਹਨਾਂ ਕੋਲੋਂ ਬਣਿਆ ਸਰਿਆ ਤੇ ਜੋ ਬਿਹਤਰ ਲੱਗਾ ਉਹਨਾਂ ਨੇ ਕੀਤਾ ਜੀ ਤੇ ਫਿਰ ਬਾਕੀ ਪਾਰਟੀ ਮੈਂਬਰਾਂ ਨੂੰ ਵੀ ਇਸ ਗੱਲ ਤੇ ਸਟੈਂਡ ਲੈਣਾ ਚਾਹੀਦਾ ਦੂਸਰੇ ਅਮਰਿੰਦਰ ਸਿੰਘ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਕਹਿੰਦੇ ਕੇਂਦਰ ਨੂੰ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਨੀ ਚਾਹੁੰਦੇ ਉਹਨਾਂ ਨੂੰ ਸੁਪਨੇ ਆਈ ਜਾਂਦੇ ਅਜੇ ਵੀ ਕਿ ਕਿਸੇ ਤਰ੍ਹਾਂ ਪੰਜਾਬ ਸਰਕਾਰ ਤੇ ਭੰਗ ਹੋਵੇ ਇਹ ਤੇ ਵਿਜੀਲੈਂਸ ਰੋਜ਼ ਸਾਡੇ ਮੰਤਰੀਆਂ ਦੇ ਭੇਜ ਰਹੇ ਨੇ ਇਹ ਬਣੇਗਾ ਕੀ ਇਹ ਕਈ ਪਾਸਿਓਂ ਸਮੱਸਿਆਵਾਂ ਬੜੀਆਂ ਹੋਈਆਂ ਨੇ ਰਾਜਾ ਵੜਿੰਗ ਨੇ ਚਿੱਠੀ ਲਿਖੀ ਅਸੀਂ ਇਹਦਾ ਸਵਾਗਤ ਕਰਦੇ ਹਾਂ ਔਰ ਜੇ ਇਸ ਮਾਮਲੇ ਤੇ ਸਾਰੇ ਮੂੰਹ ਚੁੱਕ ਕੇ ਹੁਣ ਇਸ ਕਮੇਟੀ ਵੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲ ਵੇਖ ਰਹੇ ਨੇ ਤੇ ਮੈਂ ਉਮੀਦ ਕਰਦਾ ਕਿ ਸਾਨੂੰ ਉਧਰੋਂ ਹੀ ਕੋਈ ਰੋਸ਼ਨੀ ਦੀ ਕਿਰਨ ਨਜ਼ਰ ਆਵੇਗੀ ਤੇ ਉਹੋ ਹੀ ਸਾਡੇ ਲਈ ਬਿਹਤਰ ਹੋਵੇਗੀ ਹਾਲ ਦੀ ਘੜੀ ਮੈਂ ਰਾਜਨੀਤਿਕਵਾਨਾਂ ਨੂੰ ਇਹ ਕਮਾਂਗਾ ਬੇਨਤੀ ਕਰਾਂਗਾ ਕਿ ਇਸ ਮਾਮਲੇ ਤੇ ਖਾਮਖਾ ਦੀ ਬਿਆਨਬਾਜ਼ੀ ਤੇ ਵੋਟ ਸਿਆਸਤ ਚਮਕਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਨਾਲ ਦੀ ਨਾਲ ਇੱਕ ਹੋਰ ਗੱਲ ਹੈ ਕੁਝ ਸੰਸਥਾਵਾਂ ਉਠੀਆਂ ਨੇ ਉਹ ਕਹਿੰਦੇ ਨੇ ਕਿ ਅਸੀਂ ਫਲਾਣੇ ਦਾ ਪੁਤਲਾ ਸੜਨਾ ਅੰਮ੍ਰਿਤਸਰ ਦੇ ਵਿੱਚ ਕੋਸ਼ਿਸ਼ ਹੋਈ ਹੈ ਪੁਲਿਸ ਨੇ ਉਹਨਾਂ ਨੂੰ ਖੁਰਦਬੁਰਦ ਕੀਤਾ ਇਹ ਗੱਲਾਂ ਮਾੜੀਆਂ ਨੇ ਇਹਨਾਂ ਗੱਲਾਂ ਦੀ ਸਾਨੂੰ ਲੋੜ ਨਹੀਂ ਹੈ ਜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਾਡੇ ਕੁਝ ਕਮੇਟੀ ਮੈਂਬਰ ਕੋਈ ਚੰਗਾ ਫੈਸਲਾ ਲੈਂਦੇ ਨੇ ਤੇ ਫਿਰ ਸਥਿਤੀ ਸਪਸ਼ਟ ਹੋਵੇਗੀ گاਣ ਵਾਸਤੇ ਇਸ ਤਰ੍ਹਾਂ ਕੋਈ ਦੁਰਉਪਯੋਗ ਨਾ ਕਰ ਸਕੇ ਆਪਣੇ ਮੰਤਵਾਂ ਲਈ